ਚਲੋ ਸਾਗ ਤੇ ਕਿਹੜੀ ਖਸ਼ਸ ਕਿਹੜੀ ਮਾਈਆਂ ਤੈਨੂੰ ਇੰਨਾ ਪਕਾਉਂਦੀਆਂ ਸਾਗ ਬਾਹਰ ਤੇ ਸਭ ਤੋਂ ਮਜ਼ੇਦਾਰ ਲੱਗਦਾ बिस्मिल्लाहिर्रहमानिर्रहीम अस्सलाम वालेकुम मेरे वालों सारे मेरे भैनों ते भरावां नूं अल्लाह पाक हमेशा तुहानू खुश रखे आबाद रखे जिहड़े दुख तकलीफां अल्लाह पाक साडे दूर करे तुहाडी जिंदगी च खुशियां ही खुशियां भरदे आमीन जुमा आमीन वीडियो शुरू करने पहले एक रिक्वेस्ट की अगर तुसीं साडा चैनल देसी विलेज पूर सबसक्राइब नहीं कीता इन सबसक्राइब कर लो ताकि साडी हर वीडियो बर वक्त तुहानू मिल सके। नाश्ता करके बर्तन वगैरह धो के सारे काम करके मैं और बाजी बढ़ा लगी वहाँ सरसों का साग क्योंकि अम्मा जी इतना पसंद आ और भी दिलावर ने भी बना के रखना वा कि बाजी कली फिर नहीं पका सकती। चलो मैं कर मैं जरा ना अब जो कोई काम करने मैं नहीं करती बाजी जी मैं थोड़े नाल ना साग कटवा के देखो मेरे कपड़े सारे भिज गए तो कपड़े हुण काढ लिया मैं दूसरे चेंज करके आऊंगी ना तोड़ लवाना एक बार बाथू पालक ते गिले नहीं ना होने उधर बन्ने तो तोड़नी है लेकिन सरसों बड़ी बड़ी हुई है इन्ना तोड़ लिया वा हुण बाजी भाजी मैंने वर्दी पल्ली लैन गए या पल्ली ते पत्ते रखा गए पत्ते जाया ना हो फिर जन खा लेंगे मैं साग तोड़नी है लेकिन थोड़ा वा जो पत्ते लिथ गए ना बिल्कुल थोड़ा हो जाना वा तो बाजी मैं क्या तुम बह के लाओ बाजी के घर जाके कपड़े चेंज कर लेंगे लेकिन मेरे तो ना अम्मा जी के पूरे होने ना बाजी की खबर तू अपने इतों पा के आई तू पता की कर बाथू शाथू सारा पालक शालक कट्ठी करके फिर कपड़े चेंज करके आवी इधर नहीं है नहीं उधरों चें फिर चेंज करके आवी कपड़े कोल ला लूं हां या मैं ले जावा दा हां मैं ले जावा दा नहीं बाथू ते कपड़े नहीं गिल्ले होने तू फिर भी रहन दे ना माशाल्लाह गंदला ते बाजी पल्ली ले आए ते बाजी हुन पल्ली ते ना पांदे आ ਇਹ ਪੱਤਰ ਵਖਰੇ ਕਰ ਛਣ ਵਜੇ ਪੱਲਾ ਦਾ ਪੱਤਰ ਨੂੰ ਜੇ ਪੱਠਿਆਂ ਚ ਪੁੱਤਰ ਲੈ ਜਾਣ ਸਾਡੀ ਵੱਡਾ ਤਾਂ ਟਾਈਮ ਨਾਲ ਵੱਢ ਕੇ ਲਿਆ ਕੇ ਗੁਤਰਨ ਵੀ ਗਿਆ ਵਾ ਉਹ ਤਾਂ ਮਾਸ਼ਾਅੱਲਾ ਪੱਠੇ ਵੱਡੇ ਵੱਡੇ ਨਾ ਮਕਈ ਦੇ ਪੱਠੇ ਨੇ ਗਾਚਾ ਐਵੇਂ ਜਿਵੇਂ ਕੀ ਬਾਤ ਹੈ ਅਮਾਰਨ ਮੈਂ ਜਿਹੜਾ ਬਾਹਰ ਮੰਜੀ ਬਰਾਂਡੇ ਚ ਢਾ ਕੇ ਕੰਬਲ ਦੇ ਆਇਆ ਮੈਂ ਕਿਹਾ ਤੁਸੀਂ ਬਹੋ ਤੁਹਾਡੇ ਤੋਂ ਮਤ ਕਪੜੇ ਪੈ ਗਏ ਨੇ ਤੇ ਬਾਤਿੰਗ ਕਰ ਜੱਕ ਚੇਂਜ ਕਰ ਲੈਣੇ ਮੈਂ ਕਰਕੇ ਹੂੰ ਤੈਨੂੰ ਸਾਗ ਤੇ ਬਾਥੂ ਕਿੱਥੋਂ ਲਵਾ ਦੇ ਬਾਥੂ ਉਧਰ ਪਾਜੀ ਅਸਲ ਮੰਨ ਲਓ ਅਸਲ ਪਾਜੀ ਸ਼ਮੀ ਮੰਨ ਲਓ ਮਨਵਰ ਪਾਜੀ ਇਹਨਾਂ ਸਾਗ ਵਾਲੇ ਕੋ ਤੇ ਤੇਰੀ ਕਹੀ ਦੁਕਾਨ ਤੋਂ ਮਿਰਚਾਂ ਪਰ ਉਹ ਮਨਵਰ ਨਾ ਕਰ ਤੂੰ ਲੈ ਨੂੰ ਤੁਸੀਂ ਪਕਾਓ ਚਲੋ ਇਹਨਾਂ ਕੋ ਬੜਾ ਹੋਵੇਦਾ ਬਾਜੀ ਬੜਾ ਬੜਾ ਮਾਸ਼ਾਅੱਲਾ ਪੱਤੀ ਬੈਠਣ ਨਹੀਂ ਹੁੰਦੀ ਗੰਦਲ ਨਹੀਂ ਬੈਠੀ ਹੁੰਦੀ ਹੂੰ ਹੂੰ ਤੇ ਜਿਹੜਾ ਪੱਤੀ ਦਾ ਸਾਗ ਹੁੰਦਾ ਨਾ ਉਹ ਬੈ ਜਾਂਦਾ ਵਾ ਉਹ ਥੋੜਾ ਹੋ ਜਾਂਦਾ ਪਾ ਉਹ ਪੱਤ ਥੋੜਾ ਹਾਂ ਦਸ ਨੰਬਰ ਨਹੀਂ ਹੁੰਦਾ ਮੈਂ ਕੁਝ ਬਾਥੂ ਪੈਣਾ ਪਾਲਕ ਪੈਣੀ ਤੁਸੀਂ ਹੁਣ ਮਾਮਾ ਤੇ ਬਾਥੂ ਲੈਣ ਚਲਿਓ ਹਾਂ ਅਸੀਂ ਬਾਥੂ ਕਿਧਰ ਲੈ ਗਏ ਅਮਾ ਤੁਸੀਂ ਰਹਿਣ ਦਿਓ ਹਾਂ ਆਪੇ ਆਕ ਕਰ ਲੈਣੀ ਹੈ ਸਰ ਬੱਜੇ ਬੱਜੇ ਮਾਨੀ ਛੇੜਦੇ ਨਾ ਫਿਰ ਅਸੀਂ ਉਹਨਾਂ ਕੋ ਛੇੜਿਆ ਕਿੱਥੇ ਸਾਰਾ ਜਾਣਾ ਨਾ ਉਹ ਅਸੀਂ ਆਈਆਂ ਕੋ ਦੋ ਅਸੀਂ ਲਾਉਂਦੇ ਛੋ ਅਮਾ ਦੀ ਗਰਦਨ ਨੂੰ ਕਾਲਰ ਪਾ ਲਓ ਅੱਜ ਪਾ ਲੈਣਾ ਉਹ ਠੰਡ ਵੀ ਆ ਤੇ ਨਾਲੇ ਗਰਦਨ ਜਿਹੜੀ ਨਾ ਅੱਛਾ ਜੀ मेरा और बाजी सनवर यहाँ से लेने आए हैं बाथू ए मूलिया जे तुसा भी मामा तियां लाइया सन जेड़े सोंगरे निकले गरीबनिया भी समझ सब्जी दे मामले जे तुसी भी समझो तो फिर तू तोड़िया ना
ਜਿਆਦਾ ਮੈਂ ਤੇ ਬਾਕ ਚਲਦੀ ਰਹੀ ਪਰ ਫਿਰ ਉੱਥੇ ਵੀ ਤਰੇਲ ਬਥੇਰੀ ਸੀ ਸਵੇਰੇ ਸਵੇਰੇ ਦਾ ਟਾਈਮ ਹੈ ਨਾ ਤਰੇਲ ਮੈਂ ਕਹਾਂ ਵੀ ਪਲੋ ਪਲੀ ਇਹਨਾਂ ਨੇ ਤੋੜ ਲਈ ਬਾਥੂ ਤੋੜ ਲਿਆ ਵਾਸੀ ਮਾਸ਼ਾਅੱਲਾ ਬਾਜੀ ਦੇ ਕੱਪੜੇ ਗਿੱਲੇ ਬਾਜੀ ਜਾ ਕੇ ਕੱਪੜੇ ਚੇਂਜ ਕਰਦੀ ਹੈ ਬਾਜੀ ਨੂੰ ਸਰਦੀ ਨਾ ਲੱਗ ਜੇ ਮੈਂ ਔਰ ਚੌਧਰੀ ਸਾਹਿਬ ਬਾ ਸ਼ਮੀਮ ਕਰੋਂ ਪਾਲਕ ਲੈ ਆਈਏ ਲੈ ਲੈ ਮੇਰੇ ਪੁੱਤ ਮੈਂ ਅਸੀਂ ਬਸ ਗਏ ਤੇ ਆਏ ਜਲਦੀ ਆ ਜਾਇਓ ਜੀ ਅੱਛਾ ਬਰਕਤ ਫਰੈਸ਼ ਪਾਲਕ ਪੂਰੀ ਪੂਰੀ ਇਹ ਸੋਹਣੀ ਪਿਛੀ ਵਾਲੀ ਵੀ ਬਾਜੋ ਕੋਲ ਲੈ ਗਈ ਸੀ ਐਸ ਤੇ ਵੀ ਬਾਜੋ ਕੋਲ ਲੈ ਕੇ ਚੱਲੀ ਮੈਂ ਤਾਂ ਤੂੰ ਨਹੀਂ ਸੀ ਲਈ ਪਾਲਕ ਲਾਂ ਦਿੱਤੀ ਸੀ ਗੁਰਦਿਆਂ ਪਾ ਕੇ ਤੁਸੀਂ ਮੈਨੂੰ ਹਾਂ ਸੱਚੇ ऐतकी गंदला सही नहीं मेरा लभियां पिछली वाली ना बिल्कुल हले शुरू हुंदियां ही सी रात विच मेहरबानी जिहड़ी ना गंदला दा साग ते फिर बंदा खा ही लैंदा तेन तो बड़ा ध्यान है मेन अम्मा जी घर का राह नहीं हों भी लिया पालक भी लिया साग अम्मा जी ने चौके बार सुट छा अम्मा जी ने थोड़े नाल किन्नी हेल्प करवाई है रोज नहीं ना खादा जांदा पालक ਧੋਣਾ ਹੀ ਪਾਲਕ ਨੂੰ ਵੇਖ ਕੇ ਲੱਗ ਤੇ ਨਹੀਂ ਗਈ ਬਾਜੋ ਤੁਸੀਂ ਖਿਆਲ ਕਰਿਆ ਜੀ ਪਾਣੀ ਬਾਜੋ ਫਿਲਟਰ ਵਾਲੇ ਪਾਇਆ ਜੀ ਮੈਂ ਹੋਰ ਲੈ ਆਉਣਾ ਕਿੰਨਾ ਭਰ ਕੇ ਅੱਛਾ ਚਲੋ ਫਿਰ ਲੈ ਆਉਂਦੇ ਆਗੇ ਇੱਕ ਵਾਰ ਬਲ ਪਈ ਇੱਕ ਵਾਰ ਬਸ ਬਾਹਰ ਲਿਖ ਟੀ ਵਿਆ ਨਹੀਂ ਬਸ ਪਾ ਅੰਮਾ ਜੀ ਰਾਂ ਤੇ ਤੁਸੀਂ ਵਕਤ ਨੂੰ ਪਾ ਛੜਿਆ ਇਹ ਮੇਰਾ ਚੋਕ ਲੈ ਆਉਣਾ ਇੱਕ ਨਿੱਕੀ ਜੀ ਦੇਗਚੀ ਇੱਥੇ ਨਾ ਰੱਖ ਲਈ ਕਿੱਥੇ ਦੋ ਪਾਸੇ ਪੱਕਦਾ ਰਹੇ ਦੋ ਪਾਸੇ ਪੱਕਦਾ ਰਹੇ ਫਿਰ ਅਗਲੇ ਚੰਦ ਨਹੀਂ ਨਾ ਪੜਨੀ ਨਹੀਂ ਜਿੰਨੇ ਘਰ ਆਪੀਆਂ ਉਕੜੀਆਂ ਉਕੜੀਆਂ ਹੰਡੀਆਂ ਰੱਖੋ ਉਹਦੇ ਵਿੱਚ ਉਹ ਤਾਂ ਤੁਸੀਂ ਸ਼ਾਂਤ ਹੋ ਆ ਛੇਕ ਲਈ ਇੱਕ ਤਾਂ ਹੀ ਨਹੀਂ ਬਾਈ ਤੁਹਾਡੀ ਚੋਲ ਦਾ ਮੂੰਹ ਸੋੜਾ ਹੈ ਆ ਮੂੰਹ ਜਿਹੜਾ ਸੋੜਾ ਪਰ ਸਾਗ ਵਾਲੀ ਨਹੀਂ ਹੈ ਚਾਹ ਹੰਡੀ ਵਾਲੀ ਹੈ ਬਸ ਚਲੋ ਕੋਈ ਨਹੀਂ ਲੋਂਬੀ ਵਿੱਚ ਹੈ ਕੋਈ ਨਹੀਂ ਸਾਫ ਸੁਥਰੀ सारा पूरा आ जाए तो बीबियां साग देखने वाली हैं
लेकिन अम्मा जी किसी के भरोसे पे साग नहीं छोड़ती, वो कहती हैं कि मैं खुद अपना साग देखूंगी। साग दानी अम्मा री साग खांदे अम्मा आग बलदी जे पई मजेदार अम्मा जी रहा हाथ का साग बड़ा मजेदार बनता। गिलास पी लेना चाहिए बालन दा बाजू कोल बड़ा खतरा है। चूल्हा थोड़ा जमा इधर खसका छना दे। सारा बरूद बने शाम पै गई बिलकुल शाम का टाइम है तुसी देख सकते हो सारी दिहाड़ी लै गई थोड़े साग ते अज्ज अगर अल्लाह पावे ना फिर लेसला हो जाता साग तीन चुटकियां पाई दी तीन चुटकियां पा लिया वा हम अच्छी तरह इन मतना हिलाना कुछ मैं हिलाऊंगी कुछ चौधरी साहब नहीं हिलाएंगे बाजी के दवा भी नहीं कम करने मैं कोटा नहीं शुक्रिया पूछ लिया इन बहुत बहुत शुक्रिया देव साडा गोश्त पिया होवे तां मजी परे करके ना जिधर साग होवे ना गोश्त नूं कटदा कुटणी दा तां सारा हुंदा मसला ਪੱਕ ਜਿੰਨਾ ਮਰਜ਼ੀ ਜਾ ਅਗਰ ਅਸੀਂ ਘੋਟਣਾ ਨਹੀਂ ਅੱਛੀ ਤਰ੍ਹਾਂ ਤਾਂ ਮਿਕਸ ਕਿੱਦਾਂ ਹੋਣਾ ਹਾਂ ਤੇ ਪੁੱਤਰੋ ਹਾਂਜੀ ਦੰਦ ਦਾ ਸਾਗ ਨਹੀਂ ਚੰਗਾ ਲੱਗਦਾ ਨਾ ਸਾਗ ਅੱਛੀ ਤਰ੍ਹਾਂ ਮਿਕਸ ਇਹ ਦਿਖਾਓ ਕਿ ਮੈਂ ਕਰਨਾ ਹਾਂ ਜੋ 2 ਮਿੰਟ ਲਾ ਲਓ ਤੁਸੀਂ ਕਿ ਥੱਲੇ ਨਾ ਸੋਲ ਦੇ ਕਿਲੇ ਦੋ ਏ ਨਹੀਂ ਨਹੀਂ ਮੇਰਾ ਪੁੱਤਰ ਖਾਣ ਸੌਖਾ ਹੈ ਬੜਾ ਸਾਰਾ ਮੇਰੇ ਨਾਲ ਲੈ ਕੇ ਆ ਫੋਨ साग तो सची खाने सौखा लगता पकाना बड़ा औखा साग
ਜੀ ਅੱਛੀ ਤਰ੍ਹਾਂ ਸਾਗ ਅਸੀਂ ਕੋਟ ਲਿਆ ਵਾ ਤੇ ਤੜਕਾ ਅਸੀਂ ਹੁਣ ਨਹੀਂ ਲਗਾਉਣਾ ਸ਼ਾਮ ਬਹੁਤ ਜ਼ਿਆਦਾ ਹੋ ਗਈ ਆ ਤੜਕੇ ਚ ਵੀਡੀਓ ਮੈਂ ਆਪਣੇ ਚੈਨਲ ਤੇ ਸ਼ੇਅਰ ਕੀਤੀ ਹੋਈ ਤੜਕਾ ਅਸੀਂ ਉਸ ਤਰ੍ਹਾਂ ਲਗਾਉਂਦੇ ਆ ਤੇ ਵੀਡੀਓ ਦਾ ਐਂਡ ਇੱਥੇ ਕਰਦੇ ਆ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੰਮਾ ਜੀ ਨੰਦਰ ਬਾਤ ਆ ਨੰਦ ਬਸ ਅੰਦਰ ਪਾਇਆ ਤੂੰ ਉਹ ਮੱਖਣ ਪਾ ਕੇ ਖਾ ਲੈਂਦੇ ਉਸ ਤਰ੍ਹਾਂ ਕਿਉਂ ਪਾ ਕੇ ਮੈਂ ਤੜਕਾ ਨਹੀਂ ਖਾਂਦੇ ਅਲੀ ਵੀ ਨਹੀਂ ਖਾਂਦਾ।